ਗੱਲ ਮੈਂ ਸੁਣਨ ਲੱਗਾ ਇਹ ਅੱਲਾ ਦਾ ਦਿੱਤਾ ਹੈ ਜੋ ਬੰਦੇ ਕੋ ਸਾਦਾ ਹੋਵੇ ਉਹ ਦੇਣਾ ਚਾਹੀਦਾ ਅਸੀਂ ਫਿਰ ਇਹ ਜਾਣਦੇ ਆ ਮੈਂ ਅੱਗੇ ਆ ਮਾਪ ਮਾਰ ਕੇ ਕਮਾਇਆ ਤੈਨੂੰ ਕਿੱਥੇ ਦਿਆਂ ਕੋਠੀ ਦਾ ਮਾਲਕ ਸੀ ਕੋਈ ਤੇ ਉਹਦੇ ਬੂਹੇ ਤੇ ਕੋਈ ਸਵਾਲੀ ਆ ਗਿਆ ਚਾਹੇ ਵਰਦੀ ਪੈ ਬਦਲਦਾ ਹੀ ਡਿਊਟੀ ਤੇ ਆਇਆ ਤੇ ਉਹ ਦਰਵਾਜ਼ਾ ਖੜਕਿਆ ਤੇ ਆਪਣੀ ਬੀਬੀ ਨੂੰ ਕਿਹਾ ਜਾ ਇਹਨੂੰ ਕਾ ਟੋੜ ਜਾ ਉਹ ਚਲੋ ਥੱਲੇ ਆਈ ਉਹਨੇ ਆਖਿਆ ਭਾਈ ਟੋੜ ਜਾ ਉਹ ਕਹਿੰ ਲਗਾ ਟੋੜੀ ਜਾਂਦਾ ਬਾਰਲ ਮੀਂ ਚਖੜੇ ਮੈਨੂੰ ਦਿਓ ਜੋ ਸਰਦਾ ਉਨੇ ਫੇਕ ਬੂਆ ਖੜਕਾਤ ਉਹ ਜਿਹੜਾ ਮਾਲਕ ਸੀ ਕੋਠੀ ਦਾ ਉਹ ਆਪਣੀ بیوی ਨੂੰ ਕਹਿਣ ਲੱਗਾ ਜਿਆ ਇਹਨੂੰ ੱੱੱਕਾ ਮਾਰ ਉਹਨੇ ਕਿਹਾ ਮੈਂ ਤੇਰੀ ਬੇਫਰਮਾਨ ਹੋ ਜਾਂਦੀ ੱੱੱਕਾ ਮੈਂ ਕੋਈ ਨਹੀਂ ਮਾਨ ਉਹ ਆ ਪੁੱਤਰੇ ਆ ਕੋਠੀ ਦੇ ਉੱਤੇ ਬੂਏ ਦੇ ਵਿੱਚ ਖੜੋ ਕੇ ਉਹਨੇ ੱੱੱਕਾ ਮਾਰਿਆ ਉਹ ਪਿਛਾਂ ਡਿੱਗ ਪਿਆ ਉਹ ਪਿਛਾਂ ਡਿੱਕਿਆ ਤੇ ਦਰਵੇਸ਼ ਨੇ ਹੱਥ ਚੁੱਕ ਕੇ ਦੁਆ ਮੰਗੀ ਐ ਮੇਰੇ ਮਾਲਕ ਤੂੰ ਹੀ ਮੇਰਾ ਮਾਲਕ ਹੈਂਦਾ ਵੀ ਮਾਲਕ ਜੋ ਇਹਦਾ ਬਣਿਆ ਸੋਇ ਮੇਰਾ ਬਣਿਆ ਹੱਥ ਪੈਰ ਸ਼ੱਕਰ ਬਾਰੇ ਲੇਕੀ ਗੱਲ ਐ ਜਿੱਥੋਂ ਇਹ ਆਇਆ ਉੱਥੇ ਹੀ ਮੈਂ ਆਇਆ ਜਿਹਦੇ ਚੀਤ ਹੋਏ ਬਣਿਆ ਉਸ ਤੋਂ ਮੈਂ ਬਣਿਆ ਅਰ ਅੱਜ ਮੇਰੇ ਕੋਲ ਸ਼ਾਇਕ ਕੋਨੀ ਮੈਂ ਅੱਜ ਮੰਗਣ ਆਇਆ ਅੱਲਾ ਦੀ ਜ਼ਾਤ ਨੇ ਉਹਦੀ ਦੁਆ ਸੁਣ ਲਈ ਐਵੇਂ ਦੁਆਰਾ ਹੀ ਲੰਗੀਆਂ ਉਹਦੇ ਵੱਲੋਂ ਸਾਰਾ ਜੀ ਕੋਦੇ ਟੁੱਟ ਗਿਆ ਉਹਦੀ بیوی ਜਿਹੜੀ ਸੀ ਉਹ ਆਖਣਗੀ ਮੇਰਾ ਤੇ ਗਨਾਹ ਕੋਨੀ ਨਾ ਰੋਟੀ ਵੀ ਨਾ ਸੀ ਤੇ ਮੈਨੂੰ ਤੂੰ ਫੈਸਲਾ ਦੇ ਸਰ ਅੱਲਾ ਦੀ ਰਾਤ ਨੇ ਐਸੀ ਸੁਣੀ ਉਹ ਉਧਰ ਟੁਰ ਗਈ ਪੁੱਠੇ ਲਾ ਫੇਲਾ ਹੋ ਗਈਆਂ ਮੁਕੱਦਰਾਂ ਵਾਲੀ ਸੀ ਬੀਬੀ ਉਹ ਕੀ ਆ ਟੁਰ ਗਈ ਉਹ ਫਕੀਰ ਆ ਟੁਰ ਗਈ ਉਹਦਾ ਉੱਥੇ ਸਿਰ ਪਾਣੀ ਪਾ ਲਿਆ ਉਹ ਦਰवेश ਬਣ ਗਿਆ ਜਿਵੇਂ ਉਹ ਕੋਠੀ ਦਾ ਮਾਲਕ ਉਹ ਸੀ ਦਰवेश ਉਹਦੇ ਬੂਏ ਅੱਗੇ ਉਹ ਮਾਲਕ ਜਿਹੜਾ ਸੀ ਉਹ ਦਰवेश ਬਣ ਗਿਆ ਉਹ ਫਿਰ ਉਹਦੇ ਕੋਲ ਮੰਗਣ ਗਿਆ ਚੋਰ ਨੇ ਕਿਹਾ ਭਾਈ ਮੈਂ ਤੈਨੂੰ ਆਪਣੇ ਹੱਥਾਂ ਨਾਲ ਨਹੀਂ ਦੇਣਾ ਤੂੰ ਇਸੇ ਚਾਦਰ ਵਿਚਾ ਲੈ ਦੇ ਲੈ ਮੈਂ ਤੇਰੇ ਕੋਲ ਜਾਂਦਾ ਲੈ ਜਾ ਤੇ ਰੋਜ਼ੀ ਦਾ ਮਾਲਕ ਮਾਲਕੀ ਮੈਂ ਤੇ ਨੂੰ ਆਪਣੇ ਹੱਥਾਂ ਨਾਲ ਨਹੀਂ ਪਵਾ ਕੇ ਜਿੰਨਾ ਤੇ ਕੋ ਜਾਂਦਾ ਲਾਇਆ ਜਾ ਉਹਦੇ ਕੋ ਜਿੰਨਾ ਗਿਆ ਉਹਨੇ ਕਪੜਾ ਉਠਾਇਆ ਲਾਇਆ ਪਰ ਇਹ ਅੱਲਾਹ ਤਾਲਾ ਦੇ ਕਰਮ ਨਾਲ ਹੀ ਸਾਰੀਆਂ ਗੱਲਾਂ ਹੁੰਦੀਆਂ ਨੇ ਅਸੀਂ ਕੋਈ ਮਗਰੂਰੀ ਚ ਆ ਜਾਂਦੇ ਆ ਤੇ ਬੰਦਾ ਸੋਚੇ ਨਾ ਉਸ ਵਕਤ ਨੂੰ ਯਾਰ ਮੈਂ ਖੁਰਾਣੇ ਵਕਤ ਕਿਵੇਂ ਹਾਂ ਅੱਜ ਕਿਵੇਂ ਚ ਉਹ ਬੰਦਾ ਕਿਸੇ ਨੂੰ ਨਹੀਂ ਛਿੜਕ ਦਿੰਦਾ